ਜਿਹੜੀ ਪੀਟੀਆਈ ਉਹਦੇ ਵਿੱਚ ਵੀ ਸਾਰੀ ਪੀਪਲਸ ਪਾਰਟੀ ਦੇ ਬੰਦੇ ਗਏ ਨੇ, ਕੋਈ ਕਾਫ ਲੀਗ ਦੇ, ਕੋਈ ਨੂਨ ਦੇ, ਇਹ ਹੀ ਇੱਕ ਮਖਸੂਸ ਜਥਾ ਇੱਧਰ ਉੱਧਰ ਭਜਾ ਫਿਰਦਾ ਸਾਰ। ਪੀਪਲਸ ਪਾਰਟੀ ਕਿਹੜੇ ਨਹੀਂ ਗਈ ਸਾਰ, ਇਹ ਜਿਹੜੀ ਹੈ ਨਾ ਇੱਕ ਦਮ ਉਭਰੇ ਦੀ, ਕਮਰ ਜ਼ਮਾਨ ਕੈਰਾ ਸਾਹਿਬ ਜਿਹੜੇ ਨੇ ਉਭਰੇ ਹੋਏ ਸਿਤਾਰੇ ਨੇ ਸਾਡੇ ਮੁਲਕ ਦੇ ਵਿੱਚ, ਇੱਕ ਬੜਾ ਵੱਡੀ ਪੀਪਲਸ ਪਾਰਟੀ ਦੀ ਅਲਾਮਤ ਨੇ, ਪੰਜਾਬ ਦੇ ਵਿੱਚ ਪੀਪਲਸ ਪਾਰਟੀ ਹੋਣ ਦੀ ਅਲਾਮਤ ਨੇ, ਲਾਲਾ ਮੂਸਾ ਵਿੱਚ ਪੀਪਲਸ ਪਾਰਟੀ ਹੋਣ ਦੀ ਅਲਾਮਤ ਨਹੀਂ, ਕਮਰ ਜ਼ਮਾਨ ਕੈਰਾ ਸਾਹਿਬ। ਕਾਇਰਾ ਖਾਨਦਾਨ ਕੋਲ ਕਿਹੜੀ ਗਿੱਦੜ ਸਿੰਗੀ ਹੈ ਕਿ ਪਾਕਿਸਤਾਨ ਪੀਪਲਸ ਪਾਰਟੀ ਪੂਰੇ ਪੰਜਾਬ ਚੋਂ ਵੀ ਹਾਰ ਜਾਏ ਫੇਰ ਵੀ ਲਾਲੇ ਮੂਸੇ ਚੋਂ ਜਿੱਤ ਜਾਂਦੀ? ਸਾਰੇ ਇਹ ਖਿਦਮਤ ਤਾਬਿਆਦਾਰੀ ਡੇਰੇਦਾਰੀ, ਤੇ ਫਿਰ ਜਿਹੜੇ ਕਮਰ ਸਾਹਿਬ ਨੇ, ਨਦੀਮ ਅਸਗਰ ਸਾਰੀ ਟੀਮ ਵਿੱਚ, ਤਾਇਦ ਜ਼ਮਾਨ ਸਾਹਿਬ ਨੇ, ਇਹਨਾਂ ਦੇ ਵਿੱਚ ਇਤਫਾਕ ਹੈ, ਸਾਰੇ ਭਾਈ ਜਿਹੜੇ ਨੇ ਖਿਦਮਤ ਕਰਦੇ ਨੇ, ਫਿਰ ਹਰ ਬੰਦਾ ਸੌਖੀ ਜਾ ਕੇ, ਲਾਲੇ ਮੂਸੇ ਦੇ ਹਰ ਬੰਦੇ ਨੇ ਸੌਖੀ ਜਾ ਕੇ ਗੱਲ ਕਰ ਲੈਣੀ। ਉਹ ਮਿਨਿਸਟਰ ਹੋ ਕੇ ਵੀ ਜਿਹੜਾ ਜਿਹੜਾ ਵੀ ਬੰਦਾ ਉਹਨੇ ਡਾਇਰੈਕਟ ਜਾ ਕੇ ਖੁੱਲਿਆ, ਕੋਈ ਸੈਕਟਰੀਆਂ ਤੇ ਨਹੀਂ ਡਿਪੈਂਡ ਨਹੀਂ, ਕੋਈ ਇਹ ਨਹੀਂ ਜੀ ਅੱਜ ਟਾਈਮ ਨਹੀਂ, ਆਉਣਾ ਐਤਵਾਰ ਵਾਲੇ ਦਿਹਾੜੇ ਖੁੱਲਿਆ ਬਹਿਣਾ ਹੈ, ਹਫ਼ਤੇ ਐਤਵਾਰ ਵਾਲੇ ਦਿਹਾੜੇ ਕੋਸ਼ਿਸ਼ ਕਰਨੀ ਹੈ ਮੁਲਕ ਪੂਰੇ ਵਿੱਚ ਜਿੱਥੇ ਵੀ ਆਣ ਨੇ ਲਾਲੇ ਮੂਸੇ ਆਵਣ, ਤੇ ਲਾਲੇ ਮੂਸੇ ਦੀ ਗਮੀ ਖੁਸ਼ੀ, ਲਾਲਾ ਮੂਸੇ ਨਾਲ ਉਹ ਪਿਆਰ ਕਰਦੇ ਨੇ, ਲਾਲਾ ਮੂਸਾ ਉਹਨਾਂ ਨਾਲ ਪਿਆਰ ਕਰਦਾ, ਬਲਕਿ ਉਹ ਤੇ ਸਾਰੇ ਜ਼ਿਲ੍ਹੇ ਨਾਲ ਹੀ, ਸਾਰੇ ਪੰਜਾਬ ਨਾਲ ਹੀ ਪਿਆਰ ਕਰਨ ਵਾਲੀ ਸ਼ਖਸੀਅਤ ਨੇ, ਸਾਰੇ ਹਲਕੇ ਵਾਸਤੇ ਇੰਜ ਸਾਰੇ ਬੰਦੇ ਨੇ ਜਿਹੜੇ ਉਹਨਾਂ ਦੇ ਨਾਲ ਬਿਊਰੋਕਰੇਟ ਹੁੰਦੇ ਨੇ, ਜਿਹੜੇ ਦੋਸਤ ਆਉਂਦੇ ਨੇ, ਉਹ ਆਉਂਦੇ ਨੇ ਯਾਰ ਅਸੀਂ ਸਾਰਿਆਂ ਵਜ਼ੀਰਾਂ ਨਾਲ ਰਹੇ ਹਾਂ, ਜਿਸ ਤਰ੍ਹਾਂ ਇਹ ਬੰਦਾ ਆਪਣੇ ਹਲਕੇ ਵਾਸਤੇ ਤੇ ਦੋਸਤਾਂ ਦੇ ਕੰਮਾਂ ਵਾਸਤੇ ਉੱਤੇ ਲੜਦਾ ਹੈ, ਉੱਤੇ ਉਹਨਾਂ ਦੇ ਜਿਹੜਾ ਉੱਤੇ ਜਾ ਕੇ ਆਪਣਾ ਹਿੱਸੇ ਲੈਣੇ ਪੈਂਦੇ ਨੇ, ਫੰਡਸ ਲੈਣੇ ਪੈਂਦੇ ਨੇ, ਨੌਕਰੀਆਂ ਆਵਣ ਜਾਂ ਕੋਈ ਹਲਕੇ ਦੇ ਕੰਮ ਆਵਣ, ਜਿਸ ਤਰ੍ਹਾਂ ਇਹ ਵਕਾਲਤ ਕਰਦਾ ਹੈ ਆਪਣੇ ਲੱਗਦਿਆਂ ਦੀ, ਆਪਣੇ ਹਲਕੇ ਦੇ ਦੋਸਤਾਂ ਦੀ, ਇੰਜ ਕੋਈ ਘੱਟ ਬੰਦਾ ਕਰਦਾ ਜਿਸ ਤਰ੍ਹਾਂ ਕਮਰ ਜ਼ਮਾਨ ਕਾਇਰਾ ਸਾਹਿਬ ਕਰਦੇ, ਬੜੀ ਦਿਲ ਨਾਲ ਜਾਨ ਮਾਰਦੇ ਨੇ, ਕੋਈ ਸੌਣ ਦਾ ਟਾਈਮ ਨਹੀਂ, ਕੋਈ ਜਿਹੜਾ ਨਹੀਂ ਜੀ, ਉਹ ਹਰ ਵੇਲੇ ਇਧਰੋਂ ਫੋਨ ਇਧਰੋਂ ਫੋਨ, ਉਹਨਾਂ ਦਾ ਇਹ ਹੁੰਦਾ ਕਿ ਮੇਰੇ ਕੋਲ ਯਾਰ ਕਿਸੇ ਬੰਦੇ ਦਾ ਕੰਮ ਹੋ ਜਾਵੇ, ਵੋਟ ਦੇ ਨਾ ਦੇ ਉਹ ਬਾਅਦ ਦੀ ਗੱਲ ਹੈ, ਉਹ ਕੋ ਨਹੀਂ ਹੈ ਫਲਾਣੇ ਵੋਟ ਦਿੱਤੇ ਜਾਂ ਨਹੀਂ ਦਿੱਤੇ, ਜਿਹੜਾ ਬੰਦਾ ਚੋਈ ਸਭ ਕੋਲ ਤੁਰ ਗਿਆ ਉਹਨਾਂ ਕੋਸ਼ਿਸ਼ ਕੀਤੀ ਹੈ ਉਸ ਬੰਦੇ ਦਾ ਕੰਮ ਜਿਹੜਾ ਨਾ ਜਨਾਬ ਉਹ ਹੋ ਜਾਵੇ, ਕੰਮ ਅੱਲਾ ਨੇ ਕਰਨੇ ਨੇ, ਲੇਕਿਨ ਐਫਰਟ ਕਰਦੇ ਨੇ, ਇਹ ਨਹੀਂ ਬਈ ਅੱਜ ਕੱਲ ਆਵੇ ਉਹ ਚੱਕਰ ਪੇ ਲਵਾਏ, ਅੱਜ ਟਾਈਮ ਨਹੀਂ, ਅੱਜ ਸਾਹਿਬ ਸੁੱਤੇ ਨੇ, ਇਸਲਾਮਾਬਾਦ ਕੋ ਆਉਣਾ ਕਿਸੇ ਆਵੇ, ਇੱਥੇ ਆਉਣਾ ਆਵੇ, ਕੁਝ ਕੰਮ ਕਰਦੇ ਨੇ, ਅੱਲਾ ਦਾ ਸ਼ੁਕਰ ਹੈ ਬਹੁਤ ਜ਼ਿਆਦਾ ਕੰਮ ਕਰਦੇ ਨੇ, ਬਾਕੀ ਕੰਮ ਮੁੱਕਦੇ ਹੀ ਨਹੀਂ, ਕੰਮ ਹੁੰਦੇ ਵਾਂਦੇ ਰਹਿੰਦੇ ਨੇ, ਬੰਦੇ ਨੂੰ ਇੱਜ਼ਤ ਦਿੰਦੇ ਨੇ, ਗੱਲ ਹੈ ਤੁਸੀਂ ਜਿਹੜੀ ਲਾਲੇ ਮੂਸੇ ਦਾ ਸਵਾਲ ਕੀਤਾ, ਮੈਂ ਉਹਦਾ ਜਵਾਬ, ਬੰਦੇ ਨੂੰ ਇੱਜ਼ਤ ਬੜੀ ਦਿੰਦੇ ਨੇ, ਇਹਦੇ ਨਾਲ ਚੌਧਰੀ ਕਮਰ ਜ਼ਮਾਨ ਕਾਇਰਾ ਸਾਹਿਬ ਜਿਹੜੇ ਨੇ ਉਹਨਾਂ ਨਾਲ ਸਾਡਾ ਨਾ ਜੀ ਬਜ਼ੁਰਗਾਂ ਦਾ ਇੱਕ ਨਾ ਤਲਕ ਕੰਮ ਦਾ ਲਗਾਮ ਪੁਰਾਣਾ, ਉਹਦੀ ਵਜ੍ਹਾ ਤੋਂ ਜਿਹੜਾ ਉਹ ਅਸੀਂ ਇਸ ਪਾਰਟੀ ਨਾਲ ਅਟੈਚ ਹਾਂ, ਉਹ ਬੰਦੇ ਨੇ ਕਮਿਟਮੈਂਟ ਕਰ ਲਈ ਬਸ ਮੈਂ ਜਮਾਤ ਨਹੀਂ ਛੱਡਣੀ, ਸਾਡੀ ਇਹ ਅਸੀਂ ਉਹਨੂੰ ਨਹੀਂ ਛੱਡਣਾ। ਕਮਰ ਜ਼ਮਾਨ ਕਾਇਰਾ ਸਾਹਿਬ ਜਿਹੜੇ ਨੇ ਇੱਕ ਬਹੁਤ ਸਾਫ ਆਦਮੀ ਨੇ, ਕਰਪਸ਼ਨ ਫਰੀ ਮੈਨ ਨੇ, ਤੇ ਦੂਜਾ ਹਰ ਬੰਦੇ ਨੂੰ ਨਾਲ ਲੈ ਕੇ ਤੁਰਨ ਵਾਲੇ ਨੇ, ਤੇ ਇੱਕ ਕਮਾਲ ਦੇ ਸਿਆਸਤਦਾਨ ਨੇ, ਟੀਚਰ ਨੇ ਸਮਝ ਲਓ ਸਿਆਸਤ ਵਿੱਚ, ਹਰ ਬੰਦੇ ਨੂੰ ਸਹੀ ਸਮਝਾਉਣਾ, ਉਹਨਾਂ ਦੇ ਵਿੱਚ ਇੰਨੀਆਂ ਕੁ ਖੂਬੀਆਂ ਨੇ ਉਹ ਗੱਲਾਂ ਵਿੱਚ, ਉਹ ਚੋਖਾ ਟਾਈਮ ਲੱਗ ਜਾਂਦਾ ਜੀ, ਰਾਜਾ ਸਾਹਿਬ ਮੁੱਕਦੀਆਂ ਹੀ ਨਹੀਂ ਉਹਨਾਂ ਦੀਆਂ, ਮੇਰਾ ਜ਼ਿਆਦਾਤਰ ਵਕਤ ਕਈ ਵਾਰੀ ਵੀਕਐਂਡ 'ਤੇ ਉਹਨਾਂ ਦੇ ਨਾਲ ਗੁਜ਼ਰਦਾ, ਤੇ ਉਹ ਬੜਾ ਜਿਹੜਾ ਨਾ ਜੀ ਉਹਨਾਂ ਦਾ ਇੱਕ ਬਹੁਤ ਵੱਡਾ ਦਿਮਾਗ ਨੇ ਜੀ, ਵੱਡਾ ਬ੍ਰੇਨ ਨੇ, ਅੱਲਾ ਪਾਕ ਉਹਨਾਂ ਨੂੰ ਸਿਹਤ ਔਰ ਤੰਦਰੁਸਤੀ ਦੇ, ਐਂ ਦੇ ਬੰਦੇ ਸਾਡੇ ਮੁਲਕ ਵਾਸਤੇ ਜਿਹੜੇ ਨੇ ਸਮਝਦੇ, ਸਾਡੇ ਮੁਲਕ ਦਾ ਅਸਾਸਾ ਨੇ, ਬਲਕਿ ਸਾਡੇ ਜ਼ਿਲ੍ਹੇ ਗੁਜਰਾਤ ਦਾ, ਪੰਜਾਬ ਦਾ ਇੱਕ ਬਹੁਤ ਵੱਡਾ ਅਸਾਸਾ ਨੇ, ਮੇਰੇ ਲੀਡਰ ਵੀ ਨੇ, ਮੇਰੇ ਉਸਤਾਦ ਵੀ ਨੇ, ਅਸੀਂ ਜਿਸੇ ਟਰੈਵਲਿੰਗ ਵਿੱਚ ਗੱਡੀ ਦੇ ਵਿੱਚ ਇਕੱਠੇ ਹੁੰਦੇ ਹਾਂ, ਤੇ ਉਹ ਮੈਂ ਉਹਨਾਂ ਕੋਲ ਸਿੱਖਣਾ, ਮੈਂ ਉਹਨਾਂ ਕੋਲ ਸਵਾਲ ਕਰਨਾ, ਔਰ ਜਿੰਨੇ ਸਵਾਲ ਕਰੋ ਬੜੇ ਧੰਮਲ ਨਾਲ ਜਵਾਬ, ਸੋੜਿਆ ਨਹੀਂ ਪੈਣਾ, ਤੇ ਚੱਜ ਨਾਲ ਬੰਦੇ ਨੂੰ ਟੀਚਿੰਗ, ਟੀਚਰ ਜਿਸ ਤਰ੍ਹਾਂ ਤੁਹਾਨੂੰ ਪੜ੍ਹਾਉਂਦੇ ਨੇ ਪੜ੍ਹਾਉਂਦੇ, ਮੇਰੇ ਆਈਡੀਅਲ ਸਿਆਸਤਦਾਨ ਹੋ। ਮੁਖਤਲਿਫ ਸਵਾਲ ਕਰਦੇ ਹੋ, ਕਦੇ ਇਹ ਵੀ ਸਵਾਲ ਕੀਤਾ ਜੇ ਕਿ ਚੋਈ ਸਾਹਿਬ ਪੂਰੇ ਪਾਕਿਸਤਾਨ ਚ ਵੱਡੇ ਵੱਡੇ ਲੋਕ ਪਾਕਿਸਤਾਨ ਪੀਪਲਸ ਪਾਰਟੀ ਨੂੰ ਛੱਡ ਗਏ ਨੇ, ਤੁਸੀਂ ਕਿਉਂ ਪੱਕੀਆਂ ਲਾਈਆਂ ਨੇ? ਰਾਜਾ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ, ਲੇਕਿਨ ਉਹ ਵੀ ਇਹ ਕਹਿੰਦੇ ਨੇ ਕਿ ਪਾਰਟੀ ਜਿਹੜੀ ਹੈ, ਹਰ ਪਾਰਟੀ ਦੇ ਵਿੱਚ ਚੰਗੇ ਵੀ ਬੰਦੇ ਹੁੰਦੇ ਨੇ, ਮਾੜੇ ਵੀ ਬੰਦੇ ਹੁੰਦੇ ਨੇ, ਜਮਾਤ ਦੇ ਵਿੱਚ ਰਹਿ ਕੇ ਉਹਦੀਆਂ ਜਿਹੜੀਆਂ ਬੁਰਾਈਆਂ ਨੇ ਜਾਂ ਉਹਦੀਆਂ ਹਾਮੀਆਂ ਨੇ, ਉਹ ਜਮਾਤ ਦੇ ਵਿੱਚ ਤਨਕੀਦਾਂ ਹੁੰਦੀਆਂ ਨੇ, ਅੰਦਰ ਬਹਿ ਕੇ ਤਨਕੀਦ ਹੁੰਦੀ ਹੈ, ਘਰ ਦੇ ਵਿੱਚ ਬਹਿ ਕੇ ਉਹ ਨਫੇ ਨੁਕਸਾਨ ਦੀ ਕਰਦੇ ਨੇ, ਇਹ ਸਾਡੀ ਜਮਾਤ ਵਿੱਚ ਖਾਮੀ ਹੈ, ਇਹ ਹੋਬੀ, ਉਹ ਸਮਝਦੇ ਨੇ ਜਿੱਥੇ ਇਹ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਬਿਹਤਰ ਕਰਨਾ, ਜਮਾਤ ਦੇ ਵਿੱਚ ਰਹਿ ਕੇ ਉਹ ਜਮਾਤ ਦੀ ਬਿਹਤਰੀ ਵਾਸਤੇ ਕੋਸ਼ਾਂ ਨੇ, ਔਰ ਇਹ ਸਾਡਾ ਮੁਲਕ ਜਿਹੜਾ ਇਹ ਸਾਰੀਆਂ ਸਿਆਸੀ ਜਮਾਤਾਂ ਨੂੰ ਮਿਲ ਕੇ ਚਲਾਉਣਾ ਪੈਣਾ ਨਾ ਜੀ, ਉਹ ਇਹ ਤਾਂ ਨਹੀਂ ਇੱਕ ਪਾਰਟੀ ਛੱਡ ਕੇ ਜਾਓ, ਉੱਥੇ ਵੀ ਉਹੀ ਬੰਦੇ ਜਾਣ ਡਿਆ ਨਾ ਪਾਰਟੀਆਂ 'ਚ, ਕੋਈ ਜਿਹੜੀ ਪੀਟੀਆਈ ਉਹਦੇ ਵਿੱਚ ਵੀ ਸਾਰੀ ਪੀਪਲਸ ਪਾਰਟੀ ਦੇ ਬੰਦੇ ਗਏ ਨੇ, ਕੋਈ ਕਾਫ ਲੀਗ ਦੇ, ਕੋਈ ਨੂਨ ਦੇ, ਇਹ ਹੀ ਇੱਕ ਮਖਸੂਸ ਜਥਾ ਇੱਧਰ ਉੱਧਰ ਭਜਾ ਫਿਰਦਾ ਸਾਰਾ।